ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸ਼ਾਹ ਫਾਰਮ ਦੇ ਉੱਤੇ ਕੁਝ ਕਾਰਨਾ ਕਰਕੇ ਆਪਾਂ ਨੂੰ ਜਿਹੜਾ ਇਹ ਚੈਨਲ ਦਾ ਨਾਮ ਬਦਲਣਾ ਪਿਆ ਸੋ ਅੱਜ ਦੀ ਵੀਡੀਓ ਉਹਨਾਂ ਕਿਸਾਨ ਵੀਰਾਂ ਲਈ ਖਾਸ ਹੋਣ ਵਾਲੀ ਆ ਕਿ ਜੋ ਘੱਟ ਰੇਟ ਉੱਪਰ ਜਿਹੜਾ ਇਹ ਵਧੀਆ ਉਲੀ ਨਾਸ਼ਕ ਚਾਹੁੰਦੇ ਸੀ ਅੱਜ ਦੀ ਵੀਡੀਓ ਵਿੱਚ ਜਿਹੜੇ ਆਪਾਂ ਫੰਗੀਸਾਈਡ ਤੁਹਾਡੇ ਨਾਲ ਸਾਂਝੇ ਕਰਾਂਗੇ ਉਹ ਜੋਲ ਪਲੱਸ ਸਟਰੋਬਿਨ ਜਿਹੜੇ ਆ ਟੈਕਨੀਕਲ ਦੇ ਗਰੁੱਪ ਆ ਉਹਨਾਂ ਵਿੱਚ ਉਹ ਪਾਏ ਜਾਂਦੇ ਆ ਇਹ ਸਭ ਤੋਂ ਵਧੀਆ ਜਿਹੜੇ ਆ ਗਰੁੱਪ ਮੰਨੇ ਜਾਂਦੇ ਆ ਕਿਸੇ ਵੀ ਟਾਈਪ ਦੀ ਫੰਗਸ ਵਾਸਤੇ ਜੇ ਆਪਾਂ ਬਾਜ਼ਾਰ ਵਿੱਚ ਲੈਣ ਜਾਂਦੇ ਆ ਤਾਂ ਵਧੀਆ ਕੰਪਨੀਆਂ ਦੇ ਇਹੀ ਟੈਕਨੀਕਲ ਆਪਾਂ ਨੂੰ ਜਿਹੜੇ ਆ ਉਹ ਮਹਿੰਗੇ ਮਿਲਦੇ ਆ ਜਿਵੇਂ ਕਿ ਕਸਟੋਡੀਆ ਦੇ ਵਿੱਚ ਆਪਾਂ ਨੂੰ ਇਹੀ ਟੈਕਨੀਕਲ ਜਿਹੜੇ ਆ ਉਹ ਜ਼ਿਆਦਾ ਰੇਟ ਦੇ ਉੱਪਰ ਮਿਲਦੇ ਆ ਸੋ ਅੱਜ ਆਪਾਂ ਤੁਹਾਨੂੰ ਦੋ ਫੰਗੀਸਾਈਡ ਦੱਸਾਂਗੇ ਨਾਲ ਉਹਨਾਂ ਦੀਆਂ ਕੰਪਨੀਆਂ ਤੇ ਨਾਲ ਉਹਨਾਂ ਦੇ ਵਿੱਚ ਜਿਹੜੇ ਆ ਟੈਕਨੀਕਲ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਆ ਉੱਤਮ ਕੰਪਨੀ ਦੀ ਲੈਕਸੌਨ ਨਾਮ ਤੇ ਜਿਹੜੀ ਆ ਫੰਗੀਸਾਈਡ ਆਉਂਦੀ ਆ ਉਹਦੇ ਵਿੱਚ ਐਜੈਕਸੀਸ ਟ੍ਰੋਬਿਨ 11% ਪਲੱਸ ਟੈਬੂਕੋਨਾਜ਼ੋਲ 18.3% ਐਸਸੀ ਐਸਸੀ ਟੈਕਨੀਕਲ ਜਿਹੜਾ ਹੈ ਉਹ ਪਾਇਆ ਜਾਂਦਾ ਹੈ ਸੋ ਇਹ ਵੀ ਜਿਹੜਾ ਹੈ ਅਸਰ 20 ਤੋਂ 25 ਦਿਨ ਆਪਣੀ ਝੋਨੇ ਦੀ ਫਸਲ ਦੇ ਉੱਪਰ ਜਿਹੜਾ ਰੱਖਦਾ ਹੈ ਤੇ ਦੂਜੇ ਨੰਬਰ ਤੇ ਸ਼੍ਰੀ ਰਾਮ ਕੰਪਨੀ ਦਾ ਐਲੈਕਸੀ ਫੰਗੀਸਾਈਡ ਆਉਂਦਾ ਹੈ ਇਹਦੇ ਵਿੱਚ ਵੀ ਜਿਹੜਾ ਹੈ ਆਜੋਕਸੀਸਟ੍ਰੋਬਿਨ 11% ਤੇ ਟੈਬੂਕੁਨਾਜੋਲ ਜਿਹੜਾ ਹੈ 18.3% ਡਬਲਯੂਡਬਲਯੂਜੀ ਐਸਸੀ ਫਾਰਮੂਲੇਸ਼ਨ ਦੇ ਵਿੱਚ ਜਿਹੜਾ ਹੈ ਪਾਇਆ ਜਾਂਦਾ ਹੈ ਇਹ ਦੋਵਾਂ ਫੰਗੀਸਾਈਡਾਂ ਦੀ ਕੀਮਤ ਆਪਾਂ ਨੂੰ ਜਿਹੜੀ 1800 ਰੁਪਏ ਜਿਹੜੀ ਆ ਪ੍ਰਤੀ ਲੀਟਰ ਦੇ ਹਿਸਾਬ ਨਾਲ ਪਵੇਗੀ ਤੇ ਇਹਦੀ ਜਿਹੜੀ ਡੋਜ਼ ਆ ਉਹ 220 ਤੋਂ ਜਿਹੜੀ ਆ 250 ਐਮਐਲ ਪ੍ਰਤੀ ਏਕੜ ਆਪਾਂ ਜਿਹੜੀ ਆ ਵਰਤਣੀ ਆ ਤੇ ਇਹਨਾਂ ਦੋਹਾਂ ਫੰਗੀ ਸਾਈਡਾਂ ਦੇ ਬਹੁਤ ਵਧੀਆ ਰਿਜ਼ਲਟ ਆ ਤੇ ਤੇ ਇਹ ਜਿਹੜੇ ਆ 20 ਤੋਂ ਜਿਹੜੇ ਆ 25 ਦਿਨ ਆਪਣੇ ਫੰਗਸ ਦੇ ਉੱਤੇ ਜੜਾਏ ਅਸਰ ਰੱਖਦੇ ਆ ਝੋਨੇ ਦੇ ਉੱਪਰ ਜਿਹੜਾ ਹੈ ਇਹਦਾ 20 ਤੋਂ 25 ਦਿਨ ਜਿਹੜਾ ਹੈ ਅਸਰ ਰਹਿੰਦਾ ਹੈ ਸੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਅੱਗੇ ਕਿਸਾਨਾਂ ਤੱਕ শেয়ার ਜ਼ਰੂਰ ਕਰ ਦਿਓ ਜੀ ਧੰਨਵਾਦ